ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤਾਂ ਮੈਂ ਤੁਹਾਡੇ ਨਾਲ ਪੂਜਾ ਰਾਣੀ ਅੱਜ ਅਸੀਂ ਆਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਸ਼ਹਿਰ ਦੇ ਫੋਰ ਜੰਕਸ਼ਨ ਰੈਸਟੋਰੈਂਟ ਦੇ ਵਿੱਚ ਜੋ ਕਿ ਦਾਰਾਪੁਰ ਬਾਈਪਾਸ ਉਰਮੋ ਟਾਂਡਾ ਵਿਖੇ ਸਥਿਤ ਹੈ ਅਗਰ ਤੁਸੀਂ ਵੀ ਫਾਸਟ ਫੂਡ ਖਾਣ ਦੇ ਸ਼ੌਕੀਨ ਹੋ ਤਾਂ ਇੱਕ ਵਾਰੀ ਆ ਕੇ ਜ਼ਰੂਰ ਵਿਜ਼ਿਟ ਕਰੋ ਫੋਰ ਜੰਕਸ਼ਨ ਰੈਸਟੋਰੈਂਟ ਦੇ ਵਿੱਚ जंक्शन रेस्टोरेंट दे विच तुहानू हर एक तरह का फास्ट फूड खाने को मिलता है जिवें कि बर्गर न्यूडल टिक्की समोसा तंदूरी नान ते बटर नान छोले भटूरे आदि खाने को मिलते हैं ते आओ असीं फूड जंक्शन रेस्टोरेंट के अंदर जाके देखते हैं कि किहो जी सीटिंग का प्रबंध है किहो जी साफ सफाई का प्रबंध है एज वैल किहो जी डेकोरेटेड किया पिया है ते आओ असीं अंदर चलते हैं ਅਸੀਂ ਪਹੁੰਚ ਗਏ ਹਾਂ ਫੂਡ ਜੰਕਸ਼ਨ ਰੈਸਟੋਰੈਂਟ ਦੇ ਅੰਦਰ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿੰਨਾ ਵਧੀਆ ਤਰੀਕੇ ਨਾਲ ਡੈਕੋਰੇਟ ਕੀਤਾ ਪਿਆ ਆ ਪੂਰਾ ਏਅਰ ਕੰਡੀਸ਼ਨ ਹੋਲ ਆ ਹਾਈਜੀਨਿਕ ਹੈ ਐਸ ਵੈਲ ਸਿਟਿੰਗ ਦਾ ਬਹੁਤ ਹੀ ਜ਼ਿਆਦਾ ਵਧੀਆ ਪ੍ਰਬੰਧ ਆ ਕਿਸੇ ਵੀ ਕਸਟਮਰਸ ਨੂੰ ਕੋਈ ਵੀ ਦਿੱਕਤ ਨਹੀਂ ਆਏਗੀ ਉਹ ਵਧੀਆ ਤਰੀਕੇ ਨਾਲ ਕੰਫਰਟੇਬਲ ਨਾਲ ਆਪਣਾ ਖਾਣਾ ਇੰਜੋਏ ਕਰ ਸਕਦੇ ਨੇ ਕਿੰਨਾ ਨੀਟ ਐਂਡ ਕਲੀਨ ਹੋਲ ਆ ਤੁਸੀਂ ਖੁਦ ਹੀ ਦੇਖ ਸਕਦੇ ਹੋ ਤਾਂ ਉਹ ਅਸੀਂ ਗੱਲ ਕਰਦੇ ਹਾਂ ਫੂਡ ਜੰਕਸ਼ਨ ਰੈਸਟੋਰੈਂਟ ਦੇ ਓਨਰ ਦੇ ਨਾਲ ਤਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੇ ਇਹ ਰੈਸਟੋਰੈਂਟ ਕਦੋਂ ਤੋਂ ਸਟਾਰਟ ਅਪ ਕੀਤਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਨੂੰ ਇਸ ਕਾਬਲ ਸਮਝਿਆ ਕਿ ਤੁਸੀਂ ਸਾਡੀ ਐਡ ਦੀ ਕਰਨ ਦੇ ਹੋ ਇੱਥੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ 26 ਜਨਵਰੀ 2022 ਨੂੰ ਓਪਨਿੰਗ ਸੀਗੀ ਆਪਣੇ ਫੂਡ ਜੰਕਸ਼ਨ ਦੀ ਇਹ ਮੇਰਾ ਇੱਕ ਸੁਪਨਾ ਸੀਗਾ ਅਤੇ ਮੇਰੇ ਮਤਲਬ ਦਿਲ ਦੀ ਖੁਆਇਸ਼ ਸੀਗੀ ਕਿ ਮੈਂ ਆਪਣਾ ਇੱਕ ਹੋਟਲ ਪਾਵਾਂ ਅਤੇ ਜੇ ਉਹ ਕਿ ਮੇਰੀ ਖੁਆਇਸ਼ ਪੂਰੀ ਹੋਈ ਆ ਅੱਜ ਅਤੇ ਮੈਨੂੰ ਅੱਜ ਬਹੁਤ ਖੁਸ਼ੀ ਆ ਕਿ ਮੇਰਾ ਆਪਣਾ ਖੁਦ ਦਾ ਇੱਕ ਰੈਸਟੋਰੈਂਟ ਆ ਅਤੇ ਜਿਸਦਾ ਨਾਮ ਮੈਂ ਫੂਡ ਜੰਕਸ਼ਨ ਰੱਖਿਆ ਹੋਇਆ ਆ ਸਰ ਤੁਸੀਂ ਆਪਣੇ ਕਸਟਮਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਮੈਡਮ ਇਹੀ ਅਪੀਲ ਕਰਨਾ ਚਾਹੁੰਦਾ ਹੈਗਾ ਕਿ ਜਿਹੜਾ ਅਸੀਂ ਖਾਣਾ ਬਣਾਉਂਦੇ ਹਾਂ ਬਹੁਤ ਹੀ ਸਾਫ਼ ਸੁਥਰਾ ਵਧੀਆ ਤਰੀਕੇ ਨਾਲ ਬਣਾਉਂਦੇ ਹਾਂ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜਿੱਦਾਂ ਵੀ ਤੁਹਾਡੀਆਂ ਕੋਈ ਵੀ ਡਿਮਾਂਡ ਹੈਗੀ ਆ ਅਤੇ ਅਸੀਂ ਉਹਨਾਂ 'ਤੇ ਆਪਣਾ ਤੁਹਾਡੇ ਖਰੇ ਉਤਰਾਂਗੇ ਪਲੀਜ਼ ਤੁਸੀਂ ਇੱਕ ਵਾਰੀ ਸਾਡੇ ਰੈਸਟੋਰੈਂਟ ਵਿੱਚ ਜ਼ਰੂਰ ਪਹੁੰਚੋ ਇੱਕ ਵਾਰੀ ਸਾਨੂੰ ਆਪਣੀ ਸੇਵਾ ਦਾ ਮੌਕਾ ਦਿਓ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ